ਅੰਮ੍ਰਿਤਪਾਲ ਵੀਰੀਏ ਸਾਡਾ ਹੱਥ ਸੰਤਾਂ ਦੇ ਤੀਰਿਆ ਸਾਡਾ ਸਾਡੀ ਦੇਖ ਗੁਲਾਮੀ ਡੁੱਲਦਾ ਅੱਖਾਂ ਚੋਂ ਨੀਰਿਆ ਸਾਡਾ। ਤੁਸੀਂ ਇੱਥੇ ਹੋਰ ਦੇਖੋ, ਜਿਹੜਾ ਮਰਜ਼ੀ ਜਿਹਦੇ ਮਰਜ਼ੀ ਜਾ ਕੇ ਬਿਨਾਂ ਕਿਸੇ ਜਾਣ ਪਛਾਣ ਤੋਂ ਰੰਗ ਲਾ ਦਿੰਦਾ। ਅਸੀਂ ਬੰਦੀ ਸਿੰਘ ਬੋਲਦੇ ਆ, ਬੰਦੀ ਸਿੰਘ ਬੋਲਦੇ ਆ, ਪਾਣੀ ਪਿੱਛੇ ਰਹਿ ਚੱਲੀ ਪਹਿਲਾਂ ਆਪ ਗੁਰੂ ਬਣ ਖੜ ਗਏ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਗਏ। ਓਏ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਗਏ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਕੌਮੀ ਇਨਸਾਫ਼ ਮੋਰਚੇ ਦੀ ਕਵਰੇਜ ਵਿਖਾ ਰਹੇ ਹਾਂ। ਇੱਕ ਪਾਸੇ ਹੋਲਾ ਮਹੱਲਾ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਹੋਲਾ ਮਹੱਲਾ ਅੱਜ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਵੀ ਮਨਾਇਆ ਜਾ ਰਿਹਾ। ਔਰਨ ਕੀ ਬੋਲੀ ਸਿੰਘਨ ਕਾ ਬੋਲਾ, ਔਰਨ ਕੀ ਹੋਲੀ ਸਿੰਘਨ ਕਾ ਹੋਲਾ। ਨੌਜਵਾਨ ਖੜ੍ਹੇ ਨੇ ਜਿਨ੍ਹਾਂ ਦੇ ਵੱਲੋਂ ਹੋਲੇ ਮਹੱਲੇ ਦੇ ਉੱਤੇ ਇੱਥੇ ਆਏ ਨੇ ਨੌਜਵਾਨ। ਬਈ ਕਿਹੋ ਜਿਹਾ ਮਾਹੌਲ ਹੈ ਅੱਜ ਇੱਥੇ ਵੇਖਣ ਨੂੰ ਮਿਲ ਰਿਹਾ? ਇੱਕ ਹੋਲੀ ਆਮ ਦਿਨਾਂ 'ਚ ਆਪਾਂ ਘਰਾਂ 'ਚ ਮਨਾਉਂਦੇ ਹਾਂ ਅਤੇ ਇੱਕ ਹੋਲੀ ਇੱਥੇ ਮਨਾਉਣ ਦਾ। ਬਾਈ ਚੜ੍ਹਦੀ ਕਲਾ ਦੇਖੋ ਤੁਸੀਂ, ਹੈ ਨਾ, ਅਲੱਗ ਅਲੱਗ ਫਿਰਕਿਆਂ ਤੋਂ ਅਲੱਗ ਅਲੱਗ ਧਰਮਾਂ ਦੇ ਲੋਕ ਜਿਹੜੇ ਪਿਆਰ ਮੁਹੱਬਤ ਨਾਲ ਸਾਂਝੀ ਵਾਰਤਾ ਦਾ ਜਿਹੜਾ ਸੰਦੇਸ਼ ਆ, ਖੈਰ ਇਹ ਤਾਂ ਖਾਲਸੇ ਦੇ ਜਨਮ ਤੋਂ ਬਾਅਦ ਲਗਾਤਾਰ ਸਾਂਝੀ ਵਾਰਤਾ ਦਾ ਸੰਦੇਸ਼ ਤਾਂ ਅਸੀਂ ਲਗਾਤਾਰ ਦਿੰਦੇ ਹਾਂ, ਪਰ ਇੱਕ ਮਿਸ਼ਨ ਲੈ ਕੇ ਲੋਕ ਤੁਰੇ ਹੋਏ ਨੇ। ਇੱਕ ਮਿਸ਼ਨ ਸਾਹਮਣੇ ਦੇਖ ਰਿਹਾ ਅਤੇ ਇੱਕ ਮਿਸ਼ਨ ਇਹਨਾਂ ਲੋਕਾਂ ਦਾ ਇਹ ਵੀ ਆ ਕਿ ਇਸ ਵਾਰ ਅਸੀਂ ਆਪਣਾ ਹੋਲਾ ਜਿਹੜਾ ਹੋਲਾ ਮਹੱਲਾ ਜਿਹੜਾ ਬਿਨਾਂ ਬੰਦੀ ਸਿੰਘਾਂ ਤੋਂ ਮਨਾ ਰਹੇ ਹਾਂ, ਉਹਨਾਂ ਦੀ ਰਿਹਾਈ ਲਈ ਚੱਲਦੇ ਸੰਘਰਸ਼ ਦੇ ਵਿੱਚ ਮਨਾ ਰਹੇ ਹਾਂ, ਅਤੇ ਅਗਲੇ 2024 ਦਾ ਜਿਹੜਾ ਹੋਲਾ ਮਹੱਲਾ ਉਹ ਬੰਦੀ ਸਿੰਘਾਂ ਦੇ ਨਾਲ ਮਨਾਵਾਂਗੇ। ਇਹ ਲੋਕ ਇਹ ਮਿਸ਼ਨ ਲੈ ਕੇ ਚੱਲ ਰਹੇ ਨੇ, ਪਿਆਰ ਦਾ ਪ੍ਰਤੀਕ ਜਿਹੜਾ, ਪਿਆਰ ਦਾ ਸੰਦੇਸ਼ ਜਿਹੜਾ ਲਗਾਤਾਰ ਦੱਸ ਰਹੇ ਨੇ। ਤੁਸੀਂ ਇੱਥੇ ਹੋਰ ਦੇਖੋ, ਜਿਹੜਾ ਮਰਜ਼ੀ ਜਿਹਦੇ ਮਰਜ਼ੀ ਜਾ ਕੇ ਬਿਨਾਂ ਕਿਸੇ ਜਾਣ ਪਛਾਣ ਤੋਂ ਰੰਗ ਲਾ ਦਿੰਦਾ। ਆਪਣੇ ਪਿੰਡਾਂ 'ਚ ਆਪਾਂ ਕੀ ਦੇਖਦੇ ਹਾਂ, ਜੇਕਰ ਰੰਗ ਲਾ ਆਉਂਦਾ ਤਾਂ ਗੁੱਸਾ ਚੜ੍ਹ ਜਾਂਦਾ, ਅਗਲੇ ਲੜਾਈਆਂ ਹੋ ਜਾਂਦੀਆਂ। ਇੱਥੇ ਬਾਈ ਅਸੀਂ ਨੇ ਬਿਲਕੁਲ ਸਾਫ਼ ਸਾਫ਼ ਬੰਦੇ ਵੀ ਲਵੇੜੇ ਨੇ, ਕੋਈ ਗੱਲ ਨਹੀਂ ਬਾਈ, ਖੁਸ਼ੀਆਂ ਦਾ ਪ੍ਰਤੀਕ ਆ ਹੋਲਾ, ਚੜ੍ਹਦੀ ਕਲਾ ਵਾਲਾ ਪ੍ਰਤੀਕ ਆ, ਮਤਲਬ ਪਿਆਰ ਆਪਸ ਦੇ ਵਿੱਚ, ਕੋਈ ਕਿਸੇ ਨੂੰ ਜਾਣਦਾ ਨਹੀਂ ਆਪਸ 'ਚ। ਹੁਣ ਅਸੀਂ ਜਿੰਨੇ ਫਿਰਦੇ ਹਾਂ ਅਸੀਂ ਬਹੁਤ ਘੱਟ ਜਾਣਦੇ ਹਾਂ ਬਾਈ ਇੱਕ ਦੂਜੇ ਨੂੰ, ਇਕੱਠੇ ਫਿਰਦੇ ਹਾਂ ਸਵੇਰ ਦੇ, ਪਰਵਾਹੀ ਕੋਈ ਨਹੀਂ। ਚੜ੍ਹਦੀ ਕਲਾ ਦਾ ਪ੍ਰਤੀਕ ਆ, ਚੜ੍ਹਦੀ ਕਲਾ 'ਚ ਸਾਰਾ ਮੋਰਚਾ ਵੀ ਹੁਣ ਗਾਹਾਂ ਗਾਹਾਂ ਨਾ। ਬਿਲਕੁਲ ਬਾਈ, ਨੌਜਵਾਨ ਹੋਰ ਵੀ ਖੜ੍ਹੇ ਨੇ ਬਾਈ, ਦੋਸਤਾਂ ਮਿੱਤਰਾਂ ਦੇ ਨਾਲ ਵੀ ਹੋਲੀ ਮਨਾਉਂਦੇ ਹਾਂ, ਹੋਲਾ ਮਨਾਉਂਦੇ ਹਾਂ ਆਪਾਂ, ਪਰ ਜਿਹੜਾ ਅੱਜ ਇੱਥੇ ਮਨਾ ਰਹੇ ਉਹ 'ਚ ਫਰਕ ਮਹਿਸੂਸ ਕਰ ਰਹੇ ਬਾਈ ਜੀ? ਬਹੁਤ, ਅਸੀਂ ਹੁਣ ਲੋਕਲੀ ਹਾਂ ਇੱਥੋਂ ਮੋਹਾਲੀ ਦੇ, ਅਸੀਂ ਪਰਿਵਾਰ ਦੇ ਨਾਲ ਬਸ ਇੱਕ ਸ਼ਗਨ ਜਿਹਾ ਕਰੇ ਜਾ ਕੇ, ਅਤੇ ਪਰ ਜੋ ਆਨੰਦ ਇੱਥੇ ਆ ਰਿਹਾ ਮੈਨੂੰ ਲੱਗਦਾ ਉਹ ਅੱਜ ਤੱਕ ਆਏ ਨਹੀਂ, ਜੋ ਆਨੰਦ ਇੱਥੇ ਮਨਾ ਰਹੇ ਹਾਂ। ਜਿਹੜੇ ਸਾਥੀ ਇੱਥੇ ਮਿਲੇ, ਜਿਹਨਾਂ ਦੇ ਰੰਗ ਲਾਇਆ, ਕਦੇ ਇਹਨਾਂ ਨੂੰ ਪਹਿਲਾਂ ਮਿਲੇ ਹੋ? ਨਾ, ਕਦੇ ਵੀ ਨਹੀਂ ਮਿਲੇ। ਹੁਣ ਬਾਈ ਸੰਸਾਰ ਉਹਨਾਂ ਦੇ ਨਾਲ, ਚਲੋ ਸਾਡੀ ਪਹਿਲਾਂ ਦੀ ਜਿਵੇਂ ਜਾਣ ਪਛਾਣ ਹੈ, ਹੋਰ ਜਿਹੜੇ ਬੰਦੇ ਆ ਜਿਵੇਂ ਅਸੀਂ ਹਰ ਇੱਕ ਨੂੰ ਜੱਫੀ ਪਾ ਕੇ ਆ ਜਾਓ ਬਾਈ ਰੰਗ ਲਵਾ ਲਓ, ਉਹ ਵੀ ਸਾਡੇ ਲਾਉਂਦੇ, ਅਸੀਂ ਵੀ ਉਹਨਾਂ ਦੇ ਲਾਉਂਦੇ, ਨਾ ਅਸੀਂ ਗੁੱਸਾ ਕਰਦੇ ਨਾ ਉਹ ਗੁੱਸਾ ਕਰਦੇ। ਲੱਗਦਾ ਮੋਰਚਾ ਖਾਲਸਾ ਹੀ ਰੰਗ ਤਿਰੰਗਿਆ? ਹਾਂਜੀ ਹਾਂਜੀ, ਪੂਰਾ ਬਾਈ ਜੀ ਪੂਰਾ। ਅਤੇ 2024 ਦਾ ਬਾਈ ਜਿਵੇਂ ਕਹਿ ਰਹੇ ਅਸੀਂ ਵੀ ਬਾਈ ਜਗਤਾਰ ਸਿੰਘ ਹਵਾਰੇ ਉਹਨਾਂ ਦੇ, ਬਾਕੀ ਜਿਹੜੇ ਬੰਦੀ ਸਿੰਘ ਆਪਾਂ ਉਹਨਾਂ ਨਾਲ ਮਨਾਵਾਂਗੇ। 2024 ਤਾਂ ਛੱਡੋ, ਜਦੋਂ ਆਉਣਗੇ ਆਪਾਂ ਉਹਨਾਂ ਨਾਲ ਉਦੋਂ ਹੋਲਾਵਾਂ ਲਾ ਕੱਢਾਂਗੇ। ਉਦੋਂ ਤੱਕ ਡਟੇ ਹੋਏ? ਹਾਂਜੀ ਪੂਰੇ ਡਟੇ ਹੋਏ ਹਾਂ ਬਾਈ ਜੀ, ਪਹਿਲੇ ਦਿਨ ਉਸ ਡਟੇ ਹੋਏ ਹਾਂ। ਸੋ ਨਿਹੰਗ ਸਿੰਘ ਵੀ ਮੌਜੂਦ ਨੇ, ਉਹ ਵੀ ਇਸ ਹੋਲੇ ਮਹੱਲੇ ਦੇ ਉੱਤੇ ਪਹੁੰਚੇ ਹੋਏ। ਹਾਂਜੀ ਬਾਬਾ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹੀ ਬੇਨਤੀ ਹੈ ਜੀ, ਜਿਹੜੇ ਅੱਜ ਅਨੰਦਪੁਰ ਸਾਹਿਬ ਸਿੰਘ ਮਰੇ, ਜਿਹੜਾ ਉਹ ਹੁੱਲਰਬਾਜ਼ੀ ਕਰਿਆ ਨੌਜਵਾਨਾਂ ਨੇ, ਉਹਨਾਂ ਨੂੰ ਇਹ ਬਹੁਤ ਵੱਡੀ ਉਹ ਅਫਸੋਸ ਹੋ ਰਹੀ ਬਈ, ਇੱਦਾਂ ਹੋਣਾ ਨਹੀਂ ਚਾਹੀਦਾ। ਜਿਹੜੇ ਆਗੂ ਆ, ਜਸੇ ਬੰਦੀਆਂ, ਬੁੱਢਾ ਦਲ ਹੋ ਗਿਆ, ਵਿਧੀ ਚੰਦੀਏ ਹੋ ਗਏ, ਬਾਬੇ ਬਕਾਲੀਏ ਹੋ ਗਏ, ਤਰਨਾ ਦਲ, ਸਾਰੇ ਨਿਹੰਗ ਸਿੰਘਾਂ ਨੂੰ ਸੋਚਣਾ ਚਾਹੀਦਾ। ਲੋਕ ਵੱਧ ਚੜ੍ਹ ਕੇ ਹੋਲੇ ਮਹੱਲੇ 'ਤੇ ਆਉਂਦਾ, ਅਤੇ ਉਹਨਾਂ ਨੂੰ ਹੁੱਲਰਬਾਜ਼ੀ ਨੂੰ ਰੋਕਣਾ ਚਾਹੀਦਾ, ਵੱਧ ਤੋਂ ਵੱਧ ਜਿਹੜੇ ਲੜਾਈਆਂ ਝਗੜਾ ਨਾ ਹੋਵੇ ਬਈ। ਅਗਾਂਹ ਵਾਸਤੇ ਜਿਹੜੇ ਅੱਜ ਬਾਹਰ ਆਉਂਦੇ, ਉਹਨਾਂ ਦੇ ਮਾਂ ਪਿਓ ਕੀ ਮਹਿਸੂਸ ਕਰਦਾ ਹੋਣਾ ਵੀ ਸਾਡੇ ਮੁੰਡਾ ਮਰ ਗਿਆ, ਵੀ
ਭੇਜਿਆ ਜੀ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਜੋ ਕੁਝ ਘਟਨਾ ਅਨੰਦਪੁਰ ਸਾਹਿਬ ਵਿੱਚ ਵਾਪਰੀ ਹੈ ਉਹ ਘਟਨਾ ਬਹੁਤ ਦੁਖਦਾਈ ਹੈ, ਅਜਿਹਾ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਇੱਕ ਨੌਜਵਾਨ ਪੁੱਤ ਮਾਂ ਦੇ ਘਰੋਂ ਦੇ ਵਿੱਚੋਂ ਚਲਿਆ ਗਿਆ। ਅਤੇ ਬਾਈ ਹੁਣੀ ਵੀ ਇੱਥੇ ਮੌਜੂਦ ਨੇ, ਬਾਈ ਕਹਿੰਦੇ ਤੁਸੀਂ ਗਾ ਵੀ ਲੈਂਦੇ ਹੋ। ਹਾਂਜੀ, ਮੈਂ ਬਾਈ ਗਾਣੇ ਆਇਆ ਬੰਦੀ ਸਿੰਘਾਂ 'ਤੇ ਵੀ ਆ ਰਿਹਾ, ਹੁਣ ਪਹਿਲਾਂ ਵੀ ਇੱਕ ਆਇਆ, ਅਤੇ ਕਵਰ ਭਾਅ ਜੀ ਉਹਨਾਂ ਨਾਲ ਆਪਣਾ ਟੀਮ ਵਰਕ ਸੁਣਾਇਓ ਫਿਰ। ਹਾਂਜੀ, ਹੁਣ ਫਿਰ ਉਦੋਂ ਬੋਲੇਗਾ, ਹੁਣ ਫਿਰ ਉਦੋਂ ਬੋਲੇਗਾ, ਉਹ ਜਦਿਆ ਧੌਣਾ ਤੇ ਚੜ ਗਏ, ਉਹ ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚ ਲੁਟੇਰੇ ਵੜ ਗਏ, ਉਹ ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚ ਲੁਟੇਰੇ ਵੜ ਗਏ, ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾ ਗਏ, ਹੁਣ ਤੇਰੀ ਮਾਂ ਮਰਨ ਨੂੰ ਆ ਗਏ, ਉਹ ਧੀ ਤੇਰੀ ਘਰੋਂ ਨਿਕਲ ਤੋਂ ਡਰਦੀ, ਉਹ ਤੁਰੀ ਜਾਂਦੀ ਤੇ ਤਜਾਬੀ ਸਿੱਟਾ ਪਾ ਗਏ, ਧੀਆਂ ਪੁੱਤ ਬਾਹਰ ਨੂੰ ਤੁਰ ਗਏ ਨੇ, ਨਿਆਣੇ ਬਾਹਰ ਨੂੰ ਤੁਰ ਗਏ ਨੇ, ਉਹ ਪੱਕੇ ਜੰਦੜੇ ਘਰਾਂ ਨੂੰ ਜੜ ਕੇ, ਉਹ ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚ ਲੁਟੇਰੇ ਵੜ ਗਏ, ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚ ਲੁਟੇਰੇ ਵੜ ਗਏ, ਕਈ ਬਾਬੇ ਤੇਰੇ ਗੱਲਾਂ ਜੋਗੇ ਰਹਿ ਗਏ, ਹੁਣ ਟੀ ਆਰ ਪੀ ਪਿੱਛੇ ਪੈ ਗਏ, ਜਿਨ੍ਹਾਂ ਨੇ ਸੱਤ ਦਾ ਸੰਗ ਸੀ ਕਰਨਾ, ਉਹ ਜਾ ਕੇ ਚੈਨਲਾਂ ਉੱਤੇ ਬਹਿ ਗਏ, ਬਾਣੀ ਭੁੱਲੇ ਫਿਰਦੇ ਨੇ, ਬਾਣੀ ਪਿੱਛੇ ਰਹਿ ਚੱਲੀ, ਪਹਿਲਾਂ ਆਪ ਗੁਰੂ ਬਣ ਖੜ ਗਏ, ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚ ਲੁਟੇਰੇ ਵੜ ਗਏ, ਹੋਈ ਅੱਖਾਂ ਖੋਲ ਪੰਜਾਬ ਸਿਆ, ਤੇਰੇ ਘਰ ਚ ਲੁਟੇਰੇ ਵੜ ਗਈ, ਓ ਨੌਜਵਾਨ ਜਿਹਨੇ ਜਿਹੜਾ ਇਹ ਸ਼ਬਦ ਸੁਣਿਆ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਬਾਈ, ਕਿਉਂਕਿ ਹਰ ਇੱਕ ਦੇ ਵਿੱਚ ਇੱਕ ਕਲਾ, ਉਹ ਆਪਣੀ ਕਲਾ ਦੇ ਨਾਲ ਇਸ ਮੋਰਚੇ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ, ਜਿਹੜੇ ਕੈਮਰੇ ਦੇ ਜ਼ਰੀਏ ਤਸਵੀਰਾਂ ਖਿੱਚ ਸਕਦੇ ਨੇ ਉਸ ਦੇ ਜ਼ਰੀਏ ਜਿਹੜੀ ਹਾਜ਼ਰੀ ਇਸ ਮੋਰਚੇ 'ਚ ਲਵਾਉਂਦੇ ਨੇ, ਜਿਹੜੇ ਲਿਖ ਕੇ ਗਾ ਕੇ ਲਵਾ ਸਕਦੇ ਨੇ ਹਾਜ਼ਰੀ, ਉਹ ਮਿਲਾ ਸਕਦੇ ਨੇ। ਸੋ ਬਾਈ ਹੁਣੇ ਜਿਹੜੇ ਨੇ ਉਹ ਜਿਹੜਾ ਬੰਦੀ ਸਿੰਘਾਂ ਦੇ ਉੱਤੇ ਉਹਨਾਂ ਦੇ ਵੱਲੋਂ ਜਿਹੜਾ ਯੋਗਦਾਨ ਪਾ ਰਿਹਾ ਉਹ ਸੁਣਾਉਣਗੇ। ਹਾਂਜੀ, ਪਹਿਲਾਂ ਮੇਰਾ ਇੱਕ ਬੰਦੀ ਸਿੰਘਾਂ 'ਤੇ ਆਇਆ ਸੀ, ਅਤੇ ਇੱਕ ਜਿਹੜਾ ਹੁਣ ਰਿਲੀਜ਼ ਕਰਨਾ ਸੀ ਥੋੜ੍ਹੇ ਕੁ ਦਿਨਾਂ ਤੱਕ, ਅਤੇ ਉਹਦੀਆਂ ਦੋ ਲਾਈਨਾਂ ਤੁਹਾਨੂੰ ਸੁਣਾਉਂਦਾ ਮੈਂ। ਹੁਣ ਨਾ ਸਿੱਖਿਆ ਜ਼ੁਲਮ ਤੋਂ ਡਰਨਾ, ਸਿੱਖਿਆ ਮੌਤ ਦੇ ਮੂਹਰੇ ਖੜਨਾ, ਕੱਢ ਕੇ ਡਾਂਗ ਚੋਕੋ ਕਾ ਸਿੰਘੋ, ਉਹ ਸੈਂਟਰ ਦੀ ਹੈਕ 'ਤੇ ਜੜਨਾ, ਧਰਮ ਦੀ ਹੱਕ ਤੱਕੜੀ ਦੇ ਵਿੱਚ, ਉਹ ਧਰਮ ਦੀ ਤੱਕੜੀ ਦੇ ਵਿੱਚ ਹੱਕ ਸੱਚ ਤੋਲਦੇ ਆ, ਅਸੀਂ ਬੰਦੀ ਸਿੰਘ ਬੋਲਦੇ ਆ, ਬੰਦੀ ਸਿੰਘ ਬੋਲਦੇ ਆ, ਅਸੀਂ ਬੰਦੀ ਸਿੰਘ ਬੋਲਦੇ ਆ, ਉਹ ਬੰਦੀ ਸਿੰਘ ਬੋਲਦੇ ਆ, ਤੁਸੀਂ ਸਣੇ ਸਬੂਤ ਦੇ ਪੁੱਛੋ, ਉਹ ਕਿੱਥੇ ਗਏ ਸਰੂਪ ਨੇ ਪੁੱਛੋ, ਜੋ ਸਾਡੇ ਨਾਲ ਜੇਲ੍ਹ ਵਿੱਚ ਹੋਏ, ਰੂਬੀ ਚੱਠੇ ਸਲੂਕ ਨੇ ਪੁੱਛੋ, ਬੇਡਰ ਹੋ ਕੇ ਜ਼ਾਲਮ ਦੇ ਅਸੀਂ ਚਿੱਠੇ ਖੋਲਦੇ ਆ, ਅਸੀਂ ਬੰਦੀ ਸਿੰਘ ਬੋਲਦੇ ਆ, ਬੰਦੀ ਸਿੰਘ ਬੋਲਦੇ ਆ, ਅੰਮ੍ਰਿਤਪਾਲ ਵੀਰੀਏ ਸਾਡਾ, ਹੱਥ ਸੰਤਾਂ ਦੇ ਤੀਰਿਆ ਸਾਡਾ, ਸਾਡੀ ਦੇਖ ਗੁਲਾਮੀ ਡੁੱਲਦਾ, ਅੱਖਾਂ ਚੋਂ ਨੀਰਿਆ ਸਾਡਾ, ਲਾਲਚ ਜਿਹੜੇ ਤਖਤਾਂ ਦੇ, ਉਹ ਲਾਲਚ ਜਿਹੜੇ ਤਖਤਾਂ ਦੇ, ਅਸੀਂ ਪੈਰੀ ਰੋਲਦੇ ਆ, ਅਸੀਂ ਬੰਦੀ ਸਿੰਘ ਬੋਲਦੇ ਆ, ਬੰਦੀ ਸਿੰਘ ਬੋਲਦੇ ਆ, ਹਾਂ ਬੰਦੀ ਸਿੰਘ ਬੋਲਦੇ ਆ, ਬੰਦੀ ਸਿੰਘ ਬੋਲਦੇ ਆ। ਸੋ ਬੰਦੀ ਸਿੰਘਾਂ ਦੇ ਇਸ ਮੋਰਚੇ ਦੇ ਵਿੱਚ ਜਿਹੜਾ ਇਹ ਬਾਈ ਦੇ ਵੱਲੋਂ ਜਿਹੜੀ ਆਪਣੀ ਭੂਮਿਕਾ ਜਿਹੜੀ ਉਹ ਨਿਭਾਈ ਜਾ ਰਹੀ ਹੈ,
ਸੋ ਬਾਈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਥੈਂਕ ਯੂ ਬਾਈ ਜੀ, ਬਹੁਤ ਬਹੁਤ ਧੰਨਵਾਦ। ਅਤੇ ਬਾਬਾ ਜੀ ਬੋਲ ਰਹੇ ਆ, ਚਲੋ ਸਾਰਿਆਂ ਦੇ ਸਾਡੇ ਮਨ 'ਚ ਰੋਸ਼ ਆ ਵੀ ਜਿਹੜਾ ਆਨੰਦਪੁਰ ਸਾਹਿਬ ਜਿਹੜਾ ਕੱਲ੍ਹ ਪਰਸੋਂ ਆਪਣੇ ਹੋਇਆ ਨਾ ਵੀ ਮੁੰਡੇ ਦੀ ਡੈਥ ਹੋਈ ਆ, ਅਤੇ ਉਹ ਆਪਾਂ ਚਲੋ ਉਹ ਪਰਮਾਤਮਾ ਨੇ ਜੋ ਲਿਖਿਆ ਸੀ ਹੋ ਗਿਆ, ਪਰ ਸਾਥ ਦੇਵਾਂਗੇ ਆਪਾਂ ਸਾਰੇ ਜਾਣੇ। ਪਰ ਅੱਗੇ ਤੋਂ ਵੀ ਨੌਜਵਾਨਾਂ ਨੂੰ ਵੀ ਸਾਰਿਆਂ ਨੂੰ ਆਪਾਂ ਨੂੰ ਅਪੀਲ ਆ ਹੈ ਨਾ ਵੀ ਆਪਾਂ ਹੁੱਲੜਬਾਜ਼ੀ ਤੋਂ ਥੋੜ੍ਹਾ ਕੁ ਬਚ ਕੇ ਰਹੀਏ ਅਤੇ ਪਿਆਰ ਦੇ ਨਾਲ ਜੋ ਆਪਾਂ ਮੋਰਚਾ ਹੈ ਫਤਿਹ ਕਰਨਾ ਅਤੇ ਹੋਲਾ ਮਹੱਲਾ ਵੀ ਆਪਾਂ ਪਿਆਰ ਦੇ ਨਾਲ ਮਨਾਈਏ। ਬਿਲਕੁਲ। ਸੋ ਇਹ ਨੌਜਵਾਨ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਆ ਜਿਹੜੇ ਇੱਥੇ ਡਟੇ ਹੋਏ ਨੇ, ਅਤੇ ਅੱਜ ਇਸ ਹੋਲੀ ਦੇ ਦਿਹਾੜਾ ਜਿਹੜਾ ਹਿੰਦੂ ਧਰਮ ਦੇ ਵਿੱਚ ਮਨਾਇਆ ਜਾਂਦਾ ਅਤੇ ਹੋਲਾ ਮਹੱਲਾ ਸਿੱਖ ਧਰਮ ਦੇ ਵਿੱਚ ਮਨਾਇਆ ਜਾਂਦਾ। ਕੁਝ ਹੀ ਸਮੇਂ ਦੇ ਵਿੱਚ ਇੱਥੋਂ ਜਿਹੜੀਆਂ ਤਸਵੀਰਾਂ ਵਿਖਾਵਾਂਗੇ ਜਦੋਂ ਨਿਹੰਗ ਸਿੰਘਾਂ ਦੇ ਵੱਲੋਂ ਮਹੱਲਾ ਜਿਹੜਾ ਇੱਥੋਂ ਕੱਢਿਆ ਜਾਣਾ। ਕੈਮਰਾਮੈਨ ਹਰੀਸ਼ ਦੇ ਨਾਲ ਮੈਂ ਗਗਨਦੀਪ ਸਿੰਘ, ਕੌਮੀ ਇਨਸਾਫ ਮੋਰਚਾ।